ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ, ਮੈਂ ਗੁਰਪ੍ਰੀਤ ਸੰਧਾਵਾਲੀਆ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਲਈ ਪੰਨੂ ਸਾਹਿਬ ਫਿਰ ਸਟੂਡੀਓ 'ਚ ਆ ਚੁੱਕੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨੂ ਸਾਹਿਬ। ਪਤਾ ਨਹੀਂ ਜੀ, ਉਹ ਕਹਿੰਦੇ ਹੁੰਦੇ ਨੇ ਜੀ ਪੰਜਾਬੀ 'ਚ ਕਿ ਬਿੱਲੀ ਛਿੱਕ ਗਈ ਖਨੀ, ਅਤੇ ਇੱਦਾਂ ਜਾਪਦਾ ਕਿ ਬਾਬਿਆਂ ਦੀ ਜ਼ਮਾਨਤ ਵਾਲੇ ਕੇਸ 'ਚ ਜਾਂ ਪੈਰੋਲ ਵਾਲੇ ਕੇਸ 'ਚ ਇਹ ਕੰਮ ਹੋ ਗਿਆ ਲੱਗਦਾ, ਕਿਉਂਕਿ ਤੀਜੀ ਵਾਰ ਬਾਬੇ ਰਾਮ ਰਹੀਮ ਦੀ ਜ਼ਮਾਨਤ ਫਿਰ ਰੱਦ ਹੋ ਗਈ ਹੈ ਜੀ। ਸੁਣਨ 'ਚ ਆਉਂਦਾ ਇੱਦਾਂ ਕਿਉਂ ਅਤੇ ਕਾਰਨ ਕੀ ਬਣਿਆ? ਇਹਦਾ ਨਾਂ ਨਹੀਂ ਬਦਲਿਆ ਜਾ ਸਕਦਾ ਕੀ ਜੀ, ਅਜੇ ਵੀ ਇਹਨੂੰ ਬਾਬਾ ਆਖਿਆ ਜਾ ਸਕਦਾ? ਨਹੀਂ ਜੀ, ਉਹ ਨਾਂ ਦਾ ਹੀ ਬਾਬਾ ਹੈ। ਇਹਦਾ ਨਾਂ ਰਾਮ ਰਹੀਮ ਜੀ। 3 ਕੁ ਸਾਲ ਪਹਿਲਾਂ ਇੱਕ ਵਾਰੀ ਸਾਡੀ ਸੁਪਰੀਮ ਕੋਰਟ ਨੇ ਜੀ ਇੱਕ ਕੇਸ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿੱਤੀ ਜੀ। ਉਹਨਾਂ 'ਚੋਂ ਇੱਕ ਦਾ ਨਾਂ ਜਵਾਹਰ ਲਾਲ, ਇੱਕ ਦਾ ਨਾਂ ਲਾਜਪਤ ਰਾਏ, ਇੱਕ ਦਾ ਨਾਂ ਸੁਭਾਸ਼ ਚੰਦਰ ਜੀ। ਅਤੇ ਸੁਪਰੀਮ ਕੋਰਟ ਨੇ, ਜੱਜ ਨੇ ਆਖਿਆ ਮਾਂ ਬਾਪ ਆਪਣੇ ਬੱਚਿਆਂ ਦੇ ਜਾਂ ਤਾਂ ਨਾਂ ਚੱਜ ਦੇ ਨਾਂ ਰੱਖਿਆ ਕਰਨ ਜੀ, ਉਹੋ ਜਿਹੇ ਰੱਖ ਲਿਆ ਕਰਨ ਜਿੱਦਾਂ ਦੇ ਚੱਲਦੇ ਆ ਜੀ, ਅਤੇ ਜਾਂ ਫਿਰ ਜੇ ਰੱਖਣੇ ਆ ਤਾਂ ਇਹਨਾਂ 'ਚੋਂ ਕਿਸੇ ਨੂੰ ਜਵਾਹਰ ਲਾਲ ਵਰਗਾ 'ਤੇ ਬਣਾਓ, ਸੁਭਾਸ਼ ਚੰਦਰ ਬੋਸ ਵਰਗਾ 'ਤੇ ਬਣਾਓ ਜੀ। ਜੀ ਤੁਸੀਂ ਕਿੱਦਾਂ ਦੇ ਬਣਾ ਤੇ ਆ, ਅਤੇ ਇਹ ਕੀ ਇੱਕਦਮ ਚਲੇ ਗਿਆ? ਮੈਂ ਪੰਨੂ ਵੈਸੇ ਇੱਥੇ ਕਹਿਣਾ ਚਾਹੁੰਦਾ, ਜਿਹੜਾ ਘਰਦਿਆਂ ਨਾਂ ਰੱਖਿਆ ਸੀ ਉਹ ਵੀ ਤਾਂ ਗੁਰਮੀਤ ਹੀ ਹੈ ਨਾ ਜੀ, ਅਤੇ ਬੰਦਾ ਗੁਰੂ ਦਾ ਮੀਤ ਤਾਂ ਹੈ ਨਹੀਂ। ਪਤਾ ਨਹੀਂ ਗੁਰਮੀਤ ਰੱਖਿਆ ਸੀ ਕਿ ਉਹ ਵੀ ਇਹਨੇ ਇੱਦਾਂ ਬਣਾਇਆ। ਇਹਦੇ ਇੱਥੋਂ ਤੱਕ ਸਿਰਸੇ ਤੱਕ ਆਉਣ ਵਾਸਤੇ ਬੜੀਆਂ ਲੰਮੀਆਂ ਕਹਾਣੀਆਂ ਨੇ ਕਿ ਕਿੱਥੇ ਕਿੱਥੇ ਰਿਹਾ, ਕੀ ਕੁਛ ਹੈ ਜੀ। ਇਹ ਵੀ ਹੈ ਕਿ ਕਿਹਦੀ ਮਦਦ ਨਾਲ ਅਤੇ ਕਿੰਨੇ ਧੱਕੇ ਨਾਲ ਜਾ ਕੇ ਇਹਨੇ ਕਬਜ਼ਾ ਕਰਕੇ ਉਸ ਡੇਰੇ ਦੇ ਉੱਤੇ ਆਪਣੇ ਆਪ ਨੂੰ ਗੁਰੂ ਬਣਾਇਆ ਸੀ ਜੀ। ਜਿੰਨਾ ਇਹ ਡਰਾਮੇਬਾਜ਼ ਹੈ, ਜਿਹੜੀ ਮਸੰਜਰ ਆਫ ਗਾਡ ਫਿਲਮ ਬਣਾਈਆਂ ਨੇ ਜੀ, ਉਹਦੇ ਵਿੱਚ ਆ ਕਾਲਜ ਦੇ ਛੋਕਰਿਆਂ ਵਾਲੇ ਜਿਹੜੇ ਸਟੰਟ ਕਰਦਾ, ਕਾਲਜ ਦੇ ਆਮ ਮੁੰਡੇ ਚੰਗੇ ਹੁੰਦੇ, ਮੈਂ ਕਾਲਜ ਦੇ ਜਿਹੜੇ ਵਿਗੜੇ ਹੋਏ ਛੋਕਰੇ ਉਹਨਾਂ ਦੀ ਗੱਲ ਕਰਦਾ ਜੀ, ਆਮ ਸਟੂਡੈਂਟ ਬਹੁਤ ਚੰਗੇ ਹੁੰਦੇ ਆ, ਜਿਹੜੇ ਵਿਗੜੇ ਛੋਕਰਿਆਂ ਵਾਲੇ ਸਟੰਟ ਕਰਦਾ, ਜਿਸ ਤਰ੍ਹਾਂ ਦੇ ਨੇ ਉਹ ਕੀਤੇ ਸੀ, ਉਹ 'ਚੋਂ ਕੋਈ ਚੰਗਾ ਕਿੱਥੋਂ ਲੱਗਦਾ ਜੀ? ਉਹ 'ਚ ਗੁਰਮੀਤ ਕਿੱਥੇ ਆ ਅਤੇ ਰਾਮ ਰਹੀਮ ਕਿੱਥੇ ਆ, ਸਭ ਕੁਝ ਵਿਗੜਿਆ। ਹੁਣ ਇਹਨੇ ਪਹਿਲਾਂ ਇੱਕ ਝੂਠੀ ਜਿਹੀ ਦਰਖਾਸਤ ਦਿੱਤੀ ਸੀ, ਮੇਰਾ ਇੱਕ ਪੈਰੋਕਾਰ ਹੈ, ਉਹਦੀ ਬੇਟੀ ਕਹਿੰਦੀ ਹੈ ਕਿ ਮੇਰੇ ਤਾਂ ਪਿਤਾ ਜੀ ਨੇ, ਪਿਤਾ ਜੀ ਆਉਣਗੇ ਤਾਂ ਮੈਂ ਵਿਆਹ ਕਰਾਉਣਾ ਜੀ। ਪਤਾ ਨਹੀਂ, ਇੱਕ ਤਾਂ ਪਿਤਾ ਜੀ ਕਹਿਣ ਵਾਲੀ ਚੰਡੀਗੜ੍ਹ ਦੀ ਜੇਲ੍ਹ 'ਚ, ਅੰਬਾਲੇ ਦੀ ਜੇਲ੍ਹ 'ਚ ਬੈਠੀ ਆ ਜੀ, ਰਾਮ ਜਿਹੜੀ ਉਹ ਹਨੀਪ੍ਰੀਤ ਹੈ, ਇੱਦਾਂ ਦੀਆਂ ਕੁਛ ਹੋਰ ਵੀ ਹੋਣਗੀਆਂ। ਅਦਾਲਤ ਨੇ ਆਖਿਆ ਇਹੋ ਜਿਹੇ ਕੰਮ ਦੇ ਉੱਤੇ ਤੈਨੂੰ ਜ਼ਮਾਨਤ ਨਹੀਂ ਮਿਲ ਸਕਦੀ, ਪਰੋਲ ਨਹੀਂ ਮਿਲ ਸਕਦੀ ਜੀ। ਫਿਰ ਐਡਾ ਝੂਠਾ ਹੈ, ਡੇਰਾ ਹੋਵੇ ਸੱਚਾ ਸੌਦਾ, ਅਤੇ ਸਾਧ ਇੰਨਾ ਝੂਠਾ ਨਿਕਲਿਆ, ਆਖੇ ਜੀ ਮੈਂ ਤਾਂ ਜਾ ਕੇ ਖੇਤੀ ਸਾਂਭਣੀ ਹੈ। ਕਿਹੜੀ ਖੇਤੀ? ਜੋ ਤੂੰ ਬੀਜਣ ਨਹੀਂ ਗਿਆ, ਸਾਂਭਣਾ ਕੀ ਹੈ ਜੀ? ਅਤੇ ਤੇਰੇ ਨਾਂ ਦੇ ਉੱਤੇ 2 ਬਰਲੇ ਦਾ ਜ਼ਮੀਨ ਨਹੀਂ, ਜ਼ਮੀਨ ਤਾਂ ਡੇਰੇ ਦੇ ਨਾਂ 'ਤੇ, ਅਤੇ ਡੇਰੇ ਦੀ ਕਮੇਟੀ ਹੈਗੀ, ਟਰੱਸਟ ਹੈਗਾ, ਤੂੰ ਕੱਲ੍ਹ ਜਾਣਾ। ਉਹ ਵੀ ਮੁੜ ਕੇ ਦਰਖਾਸਤ ਆਪੇ ਵਾਪਸ ਲੈਣੀ ਪਈ ਜੀ। ਹੁਣ ਇਹਦੀ ਪਤਨੀ ਨੇ ਦਰਖਾਸਤ ਦਿੱਤੀ ਕਿ ਮੇਰੀ ਸੱਸ ਬਿਮਾਰ ਹੈ ਅਤੇ ਉਹ ਚਾਹੁੰਦੀ ਹੈ ਕਿ ਜਦੋਂ ਮੈਂ ਐਨਜੀਓਗ੍ਰਾਫੀ ਕਰਾਉਣੀ ਹੈ ਅਤੇ ਮੇਰਾ ਪੁੱਤਰ ਮੇਰੇ ਕੋਲ ਹੋਵੇ। ਦੇਖੋ ਮਾਈ ਬਜ਼ੁਰਗ ਆ, ਉਹਦੇ ਨਾਲ ਹਰ ਇੱਕ ਦੀ ਹਮਦਰਦੀ ਹੋ ਜੀ, ਉਹਦਾ ਇਲਾਜ ਹੋਣਾ ਚਾਹੀਦਾ ਜਿੰਨਾ ਵਧੀਆ ਇਲਾਜ ਹੋ ਸਕਦਾ। ਪੈਸੇ ਦੀ ਗੱਲ ਹੁੰਦੀ ਹੈ, ਪੈਸਾ ਤਾਂ ਇਹਨਾਂ ਕੋਲ ਡੇਰੇ ਕੋਲ ਬਹੁਤ, ਇਹਨਾਂ ਦੇ ਕੋਲ ਨਿੱਜੀ ਤੌਰ 'ਤੇ ਵੀ ਬਹੁਤ, ਕਰਵਾ ਲੈਣ ਜੀ। ਉਹਦੇ ਨਾਲ ਹਮਦਰਦੀ ਹੁੰਦੀ ਆ ਵੀ, ਸਵਾਲ ਇਹ ਖੜ੍ਹਾ ਹੁੰਦਾ ਕਿ ਜਿੱਦਣ ਪੱਤਰਕਾਰ ਛਤਰਪਤੀ ਨੂੰ ਮਾਰਿਆ ਸੀ, ਉਹਦੇ ਪਰਿਵਾਰ ਦੀ ਹਮਦਰਦੀ ਨੇ ਕਿਸੇ ਦਿਨ ਚੇਤਾ ਕੀਤਾ ਸੀ ਜੀ? ਕੀ ਉਦਣ ਇਹਦੀ ਮਾਤਾ ਨੇ, ਪਤਨੀ ਨੇ ਜਾਂ ਕਿਸੇ ਹੋਰ ਨੇ ਇਹਨੂੰ ਆਖਿਆ ਸੀ ਕੋਈ ਥੋੜ੍ਹੀ ਬਹੁਤ ਸ਼ਰਮ ਕਰ, ਤੂੰ ਕੀ ਕਰਦਾ ਪਿਆ? ਇਹਦੇ ਉੱਤੇ ਆਪਣੇ ਡੇਰੇ ਦੇ ਮੁਖੀ ਦਾ, ਮੈਨੇਜਰ ਦਾ, ਡੇਰੇ ਦੇ ਮੈਨੇਜਰ ਦਾ ਕਤਲ ਜਿਹੜਾ ਉਹ ਦੋਸ਼ ਲੱਗਦਾ ਪਿਆ ਜੀ, ਇੱਕ ਸਾਧਵੀ ਦੇ ਕਤਲ ਦਾ ਦੋਸ਼ ਲੱਗਦਾ ਪਿਆ। ਜਦੋਂ ਇੰਨੇ ਪੁੱਠੇ ਕੰਮ ਕਰਦਾ ਪਿਆ ਸੀ, ਕੀ ਇਹਦੇ ਪਰਿਵਾਰ 'ਚੋਂ ਕਿਸੇ ਨੇ ਉਹਨੂੰ ਰੋਕਿਆ ਸੀ? ਜੇ ਨਹੀਂ ਰੋਕਿਆ ਤਾਂ ਇਹੋ ਜਿਹੀਆਂ ਹਮਦਰਦੀਆਂ ਵਾਸਤੇ ਫਿਰ ਗੁੰਜਾਇਸ਼ ਉਹ ਖਤਮ ਹੋ ਚੁੱਕੀ ਆ ਜੀ। ਇਹਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੇ ਪਾਪ ਕੀਤੇ ਆ ਉਹਨਾਂ ਦੇ ਨਾਲ ਇਸ ਵੇਲੇ ਬੜੀ ਡੁੱਬਦੀ ਪਈ ਆ। ਇਹਦੇ ਉੱਤੇ ਇੱਕ ਨਹੀਂ, ਦੋ ਨਹੀਂ, ਜਿੰਨੇ ਕੇਸ ਨੇ, 2 ਸਾਧਵੀਆਂ ਨਾਲ ਬਲਾਤਕਾਰ ਦੇ ਪਹਿਲੇ ਕੇਸ ਵਿੱਚ ਹੀ ਜੱਜ ਸਾਹਿਬ ਨੇ ਆਖਿਆ ਕਿ ਦੋਵਾਂ 'ਚ ਵੱਖੋ ਵੱਖਰੀਆਂ 10-10 ਸਾਲ ਦੀਆਂ ਕੈਦਾਂ ਹੋਣਗੀਆਂ, ਇਹ ਨਹੀਂ ਕਿ ਦੋਵੇਂ ਇਕੱਠੀਆਂ ਚੱਲਣਗੀਆਂ, ਇੱਕ ਮੁੱਕ ਜੂ ਅਤੇ ਦੂਜੀ ਫਿਰ ਸ਼ੁਰੂ ਕਰਾਂਗੇ ਜੀ। ਫਿਰ ਉਸ ਤੋਂ ਬਾਅਦ ਛਤਰਪਤੀ ਪੱਤਰਕਾਰ ਵਾਲੇ ਕੇਸ ਦੇ ਵਿੱਚ, ਕਤਲ ਕੇਸ 'ਚ ਇਹਨੂੰ ਹੋ ਗਈ ਸਜ਼ਾ। ਹੁਣ ਇਸ ਤੋਂ ਬਾਅਦ ਅਜੇ ਤਾਂ ਇਹਦੇ ਉੱਤੇ ਇਹ ਵੀ ਕੇਸ ਚੱਲਦਾ ਪਿਆ ਕਿ ਆਪਣੇ ਡੇਰੇ ਦੇ ਜਿਹੜੇ ਸ਼ਰਧਾਲੂ ਸੀ ਇਹਦੇ ਕੋਲ, ਜਿਨ੍ਹਾਂ ਦੀ ਡਿਊਟੀ ਬੀਬੀਆਂ ਵਾਲੇ ਪਾਸੇ ਲਾਉਣੀ ਸੀ ਜਿੱਥੇ ਸਾਧਵੀਆਂ ਰੱਖੀਆਂ ਸੀ, ਉਹਨਾਂ ਦੇ ਓਪਰੇਸ਼ਨ ਕਰਾ ਕੇ ਉਹ ਨਪੁੰਸਕ ਬਣਾ ਤਾ ਕਿ ਤੁਹਾਡਾ ਈਸ਼ਵਰ ਨਾਲ ਮਿਲਾਪ ਹੋ ਜੂਗਾ। ਜੇ ਨਪੁੰਸਕ ਹੋਣ ਨਾਲੇ ਮਿਲਾਪ ਹੁੰਦਾ ਹੋਵੇ ਜੀ, ਅਤੇ ਫਿਰ ਬਿੰਦ ਰਾਖ ਜੋ ਉਤਰੀਏ ਭਾਈ ਤੂੰ ਖੁਸਰੇ ਕਿਉਂ ਨਾ ਪਰਮਗਤ ਪਾਈ, ਅਸੀਂ ਤਾਂ ਹੁਣ ਤੱਕ ਇਹ ਫਰਮਾਨ ਸੁਣਦੇ ਰਹੇ ਸਾਂ ਜੀ। ਜੇ ਇਸ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਕੋਈ ਕਿ ਮੇਰੇ ਸਰੀਰ ਦੀ ਸ਼ਕਤੀ ਸਾਂਭੀ ਰਹੋ ਅਤੇ ਮੈਂ ਈਸ਼ਵਰ ਨਾਲ ਮਿਲ ਪਊਂ, ਫਿਰ ਤਾਂ ਹੁਣ ਤੱਕ ਨੂੰ ਸਾਰੇ ਉੱਥੇ ਚੱਲ ਜਾਣੇ ਸੀ, ਜਿਹੜੇ ਕਿੰਨਰ ਨੇ ਉਹੀ ਉੱਥੇ ਪਹੁੰਚ ਜਾਂਦੇ, ਬਾਕੀ ਤਾਂ ਲੋਕ ਪਿੱਛੇ ਰਹਿ ਜਾਂਦੇ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਿਸ ਢੰਗ ਨਾਲ ਉਹ ਕਰਦਾ ਸੀ, ਇਹ 'ਤੇ ਉਹ ਵੀ ਕੇਸ ਚੱਲਣੇ ਆ। ਹੁਣ ਪਰਿਵਾਰ ਵੱਲੋਂ
ਇਹਦੀ ਪਤਨੀ ਨੇ ਅਰਜ਼ੀ ਦਿੱਤੀ ਜਾਂ ਇਹਨੇ ਕਹਿ ਕੇ ਤਰਲਾ ਪਾ ਕੇ ਉੱਤੋਂ ਅਰਜ਼ੀ ਦਵਾਈ, ਇਹ ਸਾਨੂੰ ਪਤਾ ਨਹੀਂ। ਪਰ ਇਹ ਗੱਲ ਸਰਕਾਰੀ ਵਕੀਲ ਦੀ ਠੀਕ ਹੈ ਕਿ ਬੰਦਾ ਜੀ ਇੱਕ ਵਾਰੀ ਨਿਕਲ ਗਿਆ ਮੁੜ ਕੇ ਇਹਨੇ ਕਾਬੂ ਨਹੀਂ ਆਉਣਾ, ਇਹ ਬੜੀ ਖਤਰਨਾਕ ਚੀਜ਼ ਹੈ। ਜਿਹਦੇ ਨਾਲ ਦੋਸ਼ੀ ਠਹਿਰਾਇਆ ਗਿਆ ਉਹਦੇ ਨੂੰ ਫੜਨ ਲੱਗਿਆ ਤਾਂ 40 ਬੰਦੇ ਮਾਰੇ ਗਏ ਸੀ। ਇਸ ਵਾਰੀ ਇਹ ਬਾਹਰ ਨਿਕਲਿਆ, ਫਿਰ ਉਹਨੂੰ ਲੱਭਣਗੇ ਕਿੱਥੇ ਜੀ? ਮੁੜ ਕੇ ਆਖਣਗੇ ਬਾਬਾ ਜੀ ਗਾਇਬ ਹੋ ਗਏ। ਬਾਬਾ ਜੀ ਤਾਂ ਅਦੁੱਤੀ ਸ਼ਕਤੀ ਸੀ ਉਹਨਾਂ ਕੋਲ, ਅਗੰਮੀ ਸ਼ਕਤੀ ਸੀ, ਪਤਾ ਨਹੀਂ ਕਿੱਥੇ ਗਾਇਬ ਹੋ ਗਏ ਜੀ। ਇੱਥੇ ਤਾਂ ਫਿਲਮ ਸਟਾਰ ਵੀ ਇਹਦੀ ਮਦਦ ਕਰਨ ਵਾਲੇ ਹੈਗੇ ਨੇ, ਅਤੇ ਸਾਬਕਾ ਮੰਤਰੀ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਪਤਾ ਨਹੀਂ ਕਿੰਨੇ ਆ। ਇੱਕ ਪਾਰਟੀ ਨਾਲ ਦੇ ਰਾਜ ਵਿੱਚ ਚੋਣਾਂ ਵਿਧਾਨ ਸਭਾ ਦੀਆਂ ਆਉਂਦੀਆਂ ਵੇਖ ਕੇ ਚਾਹੁੰਦੀ ਹੈ ਕਿ ਬਾਬਾ ਬਾਹਰ ਆਵੇ ਜੀ। ਦਾਲ ਉਹਦੀ ਵੀ ਨਹੀਂ ਗਲੀ, ਕਾਨੂੰਨ ਆਪਣੇ ਤੌਰ 'ਤੇ ਕੰਮ ਕਰਦਾ ਪਿਆ। ਇਹ ਬੰਦਾ ਬਾਹਰ ਆਉਣ ਦੇ ਯੋਗ ਨਹੀਂ। ਉਹਦਾ ਆਸਾ ਸੂ ਮਸਤਾਨਾ ਕਹਿੰਦਾ ਸੀ ਨਾ, ਬੀਬੀ ਬਾਹਰ ਆਉਣ ਦੇ ਯੋਗ ਨਹੀਂ, ਛੇਤੀ ਅੰਦਰ ਚਲਾ ਜਾਵੇਗਾ। ਇਹ ਉਹ ਅੱਛਾ ਮੁੰਡਾ ਬੜਾ ਸ਼ਨਿਚਰੀ। ਹਾਂ ਤੁਸੀਂ ਕਹਿ ਦਿਓ, ਕਿਉਂਕਿ ਮੈਂ ਹੁਣ ਅੱਛਾ ਮਨ ਸਾਹਿਬ ਅਗਲੀ ਗੱਲ ਆਪਾਂ ਕਰ ਲਈਏ ਕਿ ਮੈਨੂੰ ਐਂ ਲੱਗਦਾ ਕਿ ਹੁਣ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਸੀਟਾਂ ਖਾਲੀ ਹੋਣ ਲੱਗ ਪਈਆਂ। ਸਭ ਤੋਂ ਪਹਿਲਾਂ ਅਸਤੀਫਾ ਫੂਲਕਾ ਸਾਹਿਬ ਨੇ ਦਿੱਤਾ ਸੀ ਪਿਛਲੇ ਸਾਲ ਦਾ, ਅਤੇ ਵਾਹਵਾ ਚਿਰ ਰੇੜਕਾ ਉਹਦੇ 'ਤੇ ਚੱਲਿਆ, ਅਤੇ ਹੁਣ ਜਾ ਕੇ ਅਸਤੀਫਾ ਅੱਜ ਪ੍ਰਵਾਨ ਕਰ ਲਿਆ ਸਪੀਕਰ ਸਾਹਿਬ ਨੇ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਜੇ ਨਾ ਅਸਤੀਫਾ ਪ੍ਰਵਾਨ ਕੀਤਾ। ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਬੇਅਦਬੀ ਦਾ ਜਿਹੜਾ ਮਾਮਲਾ ਸੀ ਉਹਦੇ 'ਤੇ ਇਨਸਾਫ ਨਹੀਂ ਕਰਦੀਆਂ ਸਰਕਾਰਾਂ, ਇਹਦੇ ਰੋਸ ਦੇ ਵਿੱਚ ਅਸਤੀਫਾ ਦਿੱਤਾ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਹਰਵਿੰਦਰ ਸਿੰਘ ਫੂਲਕਾ ਨਾਂ ਦਾ ਬੰਦਾ ਜਜ਼ਬਾਤੀ ਕਿਸਮ ਦਾ ਜੀ, ਇਮਾਨਦਾਰ, ਪੈਂਤੜੇ ਦਾ ਪੱਕਾ, ਇਹ ਤਿੰਨ ਗੱਲਾਂ ਮੈਂ ਇਕੱਠੀਆਂ ਆਖੀਆਂ ਜੀ। ਉਹਦਾ ਕਾਰਨ ਕੀ ਹੈ? ਧਾਰਮਿਕ ਇੰਨਾ ਜ਼ਿਆਦਾ ਕਿ ਬੱਚਿਆਂ ਦੇ ਨਾਂ ਵੀ ਧੀ ਦਾ ਨਾਂ ਪ੍ਰਭ ਸਹਾਇ ਕੋਲ ਰੱਖਿਆ ਜੀ। ਸਿਰੜੀ ਇੰਨਾ ਕਿ 35 ਸਾਲ ਤੋਂ ਵੱਧ ਹੋ ਗਏ ਆ, 35 ਸਾਲ ਦੇ ਨੇੜੇ ਹੋ ਗਏ ਆ ਜੀ, ਜਿਹੜੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਤੋਂ ਬਾਅਦ ਕਤਲ ਹੋਏ ਸਨ, 3000 ਸਿੱਖ ਮਾਰ ਦਿੱਤੇ ਗਏ ਸਨ ਜੀ। ਉਹਨਾਂ ਦੇ ਕੇਸ ਇੱਕ ਨਿੱਕਾ ਪੈਸਾ ਵੀ ਕਿਸੇ ਤੋਂ ਲੈ ਬਗੈਰ ਆਪਣੇ ਆਪ ਸਿਰੜ ਨਾਲ ਲੜਦਾ ਰਿਹਾ ਜੀ। ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਬੰਦਿਆਂ ਨਾਲ ਮੱਥਾ ਲਾ ਛੱਡਿਆ। ਇਮਾਨਦਾਰ ਇੰਨਾ ਕਿ ਅੱਜ ਤੱਕ ਇਹ 'ਤੇ ਕੋਈ ਦੋਸ਼ ਨਹੀਂ ਲੱਗਾ। ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਸਾਡੇ ਤੋਂ ਸ਼੍ਰੋਮਣੀ ਕਮੇਟੀ ਤੋਂ ਪੈਸੇ ਲੈ ਕੇ ਇਹ ਕੇਸ ਲੜਦਾ ਰਿਹਾ, ਇਹਨੇ ਪ੍ਰੈਸ ਕਾਨਫਰੰਸ ਰੋਕ ਕੇ ਆਖਿਆ ਸੀ ਕੁਝ ਤਾਂ ਸ਼ਰਮ ਕਰ ਦਿਓ ਜੀ, ਮੈਨੂੰ ਇੱਕ ਪੈਸਾ ਦੱਸ ਦਿਓ ਤੁਸੀਂ ਕਦੋਂ ਦਿੱਤਾ ਅਤੇ ਕਿੱਥੇ ਦਿੱਤਾ, ਮੈਂ ਤੁਹਾਡਾ ਦੇਣਦਾਰ ਹਾਂ। ਸੁਖਬੀਰ ਸਿੰਘ ਬਾਦਲ ਉਦੋਂ ਬਾਅਦ ਦੁਬਾਰਾ ਨਹੀਂ ਸੀ ਬੋਲਿਆ ਜੀ, ਉਹਨੂੰ ਵੀ ਜਾਪਦਾ ਸਾਰੇ ਸਾਡੇ ਅਰਗੇ ਹੀ ਹੈ, ਪਰ ਫੂਲਕਾ ਵੱਖਰੀ ਕਿਸਮ ਦਾ ਨਿਕਲਿਆ। ਹੁਣ ਇਹਨੇ ਪਿਛਲੇ ਸਾਲ ਵਿਧਾਨ ਸਭਾ 'ਚੋਂ ਜਦੋਂ ਇਹ ਗੱਲ ਚੱਲੀ ਸੀ ਕਿ ਇਹ ਮੈਂ ਕੇਸ ਲੜਦੇ ਹਾਂ ਦਿੱਲੀ ਵਾਲੇ ਉਸ ਸਿੱਖਾਂ ਦੇ ਕਤਲਾਂ ਦੇ ਜੀ, ਅਤੇ ਆਖਿਆ ਗਿਆ ਕਿ ਕਿਉਂਕਿ ਵਿਧਾਨ ਸਭਾ 'ਚ ਆਪੋਜੀਸ਼ਨ ਦਾ ਲੀਡਰ ਹੈ ਅਤੇ ਕੋਈ ਮੰਤਰੀ ਦਾ ਦਰਜਾ ਕੇਸ ਨਹੀਂ ਲੜ ਸਕਦਾ, ਇਹਨੇ ਆਖਿਆ ਮੈਂ ਮੰਤਰੀ ਦਾ ਦਰਜਾ ਛੱਡ ਦੇਣਾ ਕੇਸ ਤਾਂ ਮੈਂ ਲੜੂੰਗਾ, ਦਰਜਾ ਛੱਡਤਾ ਜੀ। ਲੋਕ ਤਾਂ ਇਹਦੇ ਤੋਂ ਭੜਕ ਪੈਂਦੇ ਆ ਕਿ ਮੇਰੇ ਤੋਂ ਦਰਜਾ ਛੁਡਾਇਆ ਗਿਆ, ਉਹਨੇ ਛੱਡ ਦਿੱਤਾ। ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਕਹਿੰਦਾ ਰਿਪੋਰਟ 'ਚ ਸਾਰਾ ਕੁਝ ਕਲੀਅਰ ਹੈ, ਮੈਂ ਵਕੀਲ ਹਾਂ, ਮੈਨੂੰ ਪਤਾ ਕਲੀਅਰ ਹੈ ਜੀ, ਇੱਥੇ ਕਾਰਵਾਈ ਕਰੋ, ਜੇ ਤੁਸੀਂ ਕਾਰਵਾਈ ਨਹੀਂ ਕਰਦੇ ਤਾਂ ਮੈਂ ਵਿਧਾਨ ਸਭਾ ਤੋਂ ਅਸਤੀਫਾ ਦੇ ਦੂੰ। ਅਗਲਾ ਕੰਮ ਤਾਂ ਉਸ ਮੁੱਖ ਮੰਤਰੀ ਦਾ ਸੀ ਨਾ ਜਿਹਨੇ ਗੁਟਕੇ ਦੀ ਸਹੁੰ ਖਾਧੀ ਸੀ ਜੀ, ਉਹ ਕਾਰਵਾਈ ਨਹੀਂ ਹੋਈ, ਅਸਤੀਫਾ ਦੇ ਗਿਆ। ਸਾਲ ਹੋ ਗਿਆ ਅਸਤੀਫਾ ਪਿਆ ਸੀ, ਸਪੀਕਰ ਸਾਹਿਬ ਹੁਣ ਤੱਕ ਪ੍ਰਵਾਨ ਨਹੀਂ ਕਰਦੇ, ਕਿਉਂਕਿ ਸਪੀਕਰ ਦੀਆਂ ਪਾਵਰਾਂ ਨੇ, ਉਹਦੀ ਤਾਕਤ ਹੈ ਕਿ ਉਹ ਅਸਤੀਫਾ ਪ੍ਰਵਾਨ ਕਰੇ ਜਾਂ ਨਾ ਕਰੇ। ਹੁਣ ਤੱਕ ਕਰਨਾਟਕਾ ਦੇ ਕੇਸ ਹੋਏ, ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਅਸੀਂ ਸਪੀਕਰ ਨੂੰ ਹੁਕਮ ਨਹੀਂ ਦੇ ਸਕਦੇ ਜੀ, ਕਿਸੇ ਦਾ ਅਸਤੀਫਾ ਕਦੋਂ ਪ੍ਰਵਾਨ ਕਰਨਾ, ਕਰਨਾ ਕਿ ਨਹੀਂ ਕਰਨਾ, ਜੇ ਕਰਨਾ ਤਾਂ ਕਿੱਦਾਂ ਕਰਨਾ, ਇਹ ਸਾਰੀ ਸਪੀਕਰ ਦੀ ਮਰਜ਼ੀ, ਅਸੀਂ ਇਹ 'ਚ ਦਖਲ ਨਹੀਂ ਦੇ ਸਕਦੇ। ਅਤੇ ਜੇ ਉੱਥੇ ਦਖਲ ਨਹੀਂ ਦੇ ਸਕਦੇ, ਉੱਤਰਾਖੰਡ ਦੇ ਮਾਮਲੇ 'ਚ ਇੱਕ ਵਾਰੀ ਕੇਂਦਰ ਵਾਲਿਆਂ ਨੇ ਮਰਜ਼ੀ ਕਰਵਾਉਣ ਦਾ ਯਤਨ ਕੀਤਾ ਸੀ, ਹਾਈਕੋਰਟ ਵੀ ਸੁਪਰੀਮ ਕੋਰਟ ਨੇ ਵੀ ਆਖਿਆ ਸੀ ਕਿ ਜੋ ਸਪੀਕਰ ਕਹਿੰਦਾ ਉਹ ਠੀਕ ਜੀ, ਅਤੇ ਫਿਰ ਇਹ 'ਚ ਸਪੀਕਰ ਦੀ ਮਰਜ਼ੀ ਚੱਲਣੀ ਸੀ। ਜਦੋਂ ਫੂਲਕਾ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਇਸ ਮਸਲੇ ਨੂੰ ਸੁਪਰੀਮ ਕੋਰਟ 'ਚ ਵੀ ਲੈ ਕੇ ਜਾਣਾ, ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਹ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਇਹ ਸੀਟ ਜਿਹੜੀ ਦਾਖੇ ਵਾਲੀ ਉਹ ਖਾਲੀ ਹੋ ਗਈ ਆ ਜੀ। ਅੱਗੇ ਦੋ ਸੀਟਾਂ ਖਾਲੀ ਨੇ, ਇੱਕ ਸੁਖਬੀਰ ਸਿੰਘ ਬਾਦਲ ਵਾਲੀ ਜਲਾਲਾਬਾਦ, ਉਹ ਤਾਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਨੇ ਫਿਰ ਲੜ ਲੈਣੀ ਹੈ, ਕਿਉਂਕਿ ਦਿੱਲੀ ਬਹੁਤਾ ਕੁਝ ਵੱਟੀਦਾ ਨਹੀਂ ਜੀ, ਅਤੇ ਜੇ ਇੱਥੇ ਹੋਵੇ ਤਾਂ ਅਗਲੀਆਂ ਚੋਣਾਂ ਦੀ ਤਿਆਰੀ ਕਰ ਸਕਦਾ। ਦੂਸਰੀ ਸੋਮ ਪ੍ਰਕਾਸ਼ ਵਾਲੀ ਹੈ ਫਗਵਾੜਾ, ਸੋਮ ਪ੍ਰਕਾਸ਼ ਨੂੰ ਕੇਂਦਰ 'ਚ ਮੰਤਰੀ ਬਣਾ ਦਿੱਤਾ ਗਿਆ, ਸਿਆਣਾ ਆਦਮੀ ਹੈ, ਪੰਜਾਬ ਦੀ ਕੋਈ ਸੇਵਾ ਕਰੋ, ਦੇਸ਼ ਦੀ ਕੋਈ ਸੇਵਾ ਕਰੋ, ਉੱਥੇ ਚਲਾ ਗਿਆ, ਪਰ ਸੀਟ ਤਾਂ ਖਾਲੀ ਹੋ ਗਈ ਹੈ ਨਾ ਜੀ, ਉਹਦੀ ਵੀ ਉਪਚੋਣ ਹੋਣੀ ਹੈ। ਹੁਣ ਤੀਜੀ ਨਾਲ ਹੈ, ਮੈਂ ਤਾਂ ਸਮਝਾ ਲੱਗੇ ਹੱਥੜੀ ਦੇ ਦੋ ਤਿੰਨ ਹੋਰ ਅਸਤੀਫੇ ਨੇ, ਉਹ ਵੀ ਪ੍ਰਵਾਨ ਕਰਕੇ ਇੱਕੇ ਵਾਰੀ
ਮਿੰਨੀ ਵਿਧਾਨ ਸਭਾ ਚੋਣਾਂ ਵਰਗਾ ਕੰਮ ਕਰ ਦੇਣਾ ਚਾਹੀਦਾ, 8-7 ਸੀਟਾਂ 'ਤੇ ਇਕੱਠਾ ਹੀ ਕਰਾ ਦਿਓ, ਨਾਲੇ ਪਤਾ ਲੱਗ ਜੂ ਕੌਣ ਕਿੰਨੇ ਪਾਣੀ 'ਚ। ਜੀ ਪਰ ਸਭ ਧਾਰਾ 370 ਜਿਵੇਂ ਭਾਜਪਾ ਨੇ ਲੋਕ ਸਭਾ ਦੇ ਵਿੱਚ ਅਤੇ ਰਾਜ ਸਭਾ ਦੇ ਵਿੱਚ ਆਪਣਾ ਮਤਾ ਲਿਆਣ ਕੇ ਪਾਸ ਕਰਵਾ ਲਿਆ, ਉਹਦੇ 'ਤੇ ਕਾਂਗਰਸ ਪਾਰਟੀ ਐਡੀ ਵੱਡੀ ਪਾਰਟੀ ਕੁਛ ਕਰ ਤਾਂ ਨਹੀਂ ਸਕੀ, ਪਰ ਹੁਣ ਇੱਦਾਂ ਸੁਣਨ 'ਚ ਆਉਂਦਾ ਕਿ ਕਾਂਗਰਸ ਪਾਰਟੀ ਨੇ ਹੁਣ ਅੱਗੇ ਇਸ ਧਾਰਾ ਦੇ ਉੱਪਰ ਕਿਵੇਂ ਚੱਲਣਾ, ਸਮੁੱਚੇ ਭਾਰਤ ਦੇ ਵਿੱਚੋਂ ਜਿਹੜੀ ਲੀਡਰਸ਼ਿਪ ਹੈ ਉਹਨੂੰ ਬੁਲਾ ਲਿਆ ਗਿਆ ਅਤੇ ਮੀਟਿੰਗ ਕਰਨੀ ਆ, ਇਹ ਹੁਣ ਕਵੇਲੇ ਦੀ ਨਮਾਜ਼ ਵਾਲੀ ਗੱਲ ਨਹੀਂ ਲੱਗਦੀ ਜੀ? ਗੱਲ ਇਹ ਕਵੇਲੇ ਦੀ ਨਮਾਜ਼ ਵਾਲੀ ਆ ਜੀ, ਪਰ ਮੁਸ਼ਕਲ ਇਹ ਆ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਇੱਕ ਰਾਏ ਨਹੀਂ ਜੀ, ਇੱਕ ਰਾਏ ਨਾ ਹੋਣ ਕਰਕੇ ਰਫੜ ਪੈ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਇਸ ਮਸਲੇ ਨੂੰ ਪੇਸ਼ ਜਿਸ ਤਰ੍ਹਾਂ ਕੀਤਾ ਅਮਿਤ ਸ਼ਾਹ ਨੇ ਕੀਤਾ, ਪੂਰੇ ਜ਼ੋਰ ਨਾਲ ਦਲੀਲਾਂ ਦੇ ਕੇ ਕੀਤਾ ਜੀ, ਪਰ ਉਹਦੀਆਂ ਦਲੀਲਾਂ ਦੇਸ਼ ਦੇ ਇੱਕ ਖਾਸ ਵਰਗ ਤੱਕ ਸੰਬੋਧਿਤ ਸੀਗੀਆਂ। ਦੇਸ਼ ਦੇ ਬਹੁ ਗਿਣਤੀ ਭਾਈਚਾਰੇ ਵੱਲ ਵੱਧ ਸੀ ਅਤੇ ਦੇਸ਼ ਵੱਲ ਘੱਟ ਸੀ ਜੀ। ਪਾਰਲੀਮੈਂਟ ਦੇ ਉੱਪਰਲੇ ਹਾਊਸ 'ਚ ਰਾਜ ਸਭਾ 'ਤੇ ਗੁਲਾਮ ਨਬੀ ਆਜ਼ਾਦ ਨੇ ਜਿਸ ਤਰ੍ਹਾਂ ਮਣਕੇ ਪਰੋਣ ਵਰਗੀ ਤਕਰੀਰ ਕੀਤੀ, ਇੱਕ ਇੱਕ ਨੁਕਤਾ ਪੇਸ਼ ਕੀਤਾ ਜੀ, ਅਤੇ ਜਿਵੇਂ ਲੋਕ ਸਭਾ ਦੇ ਵਿੱਚ ਮਨੀਸ਼ ਤਿਵਾੜੀ ਨੇ ਕੀਤਾ, ਨੁਕਤੇ 'ਤੇ ਨੁਕਤਾ, ਨੁਕਤੇ 'ਤੇ ਨੁਕਤਾ, ਔਰ ਸਾਰੇ ਹਾਊਸ ਦੇ ਵਿੱਚ ਐਂ ਚੁੱਪ ਛਾਈ ਪਈ ਸੀ ਜਦੋਂ ਬੋਲਦਾ ਪਿਆ ਸੀ ਜੀ, ਉਹਦਾ ਮੁਕਾਬਲਾ ਕੋਈ ਨਹੀਂ। ਪਰ ਕਾਂਗਰਸ ਪਾਰਟੀ ਇੱਦਾਂ ਦੀ ਹੈ ਜਿਹੜੀ ਸਾਰਾ ਕੁਝ ਕਰ ਕਰਾ ਕੇ ਬਾਅਦ ਵਿੱਚ ਉੱਤੇ ਖੇ ਪਾ ਲੈਂਦੀ ਹੈ ਜੀ। ਇਹ ਜੇ ਬਾਹਰ ਨਿਕਲੇ ਤਾਂ ਇਹਨਾਂ ਦੇ ਦੋ ਤਿੰਨ ਲੀਡਰ ਇਹੋ ਜਿਹੇ ਆ ਜਿਨ੍ਹਾਂ ਨੇ ਫਟਾਫਟ ਟਵੀਟ ਕਰਨਾ ਸ਼ੁਰੂ ਕਰਤਾ ਕਿ ਧਾਰਾ 370 ਜਿਹੜੀ ਖਤਮ ਕੀਤੀ ਗਈ ਹੈ ਅਸੀਂ ਉਹਨੂੰ ਸਪੋਰਟ ਕਰਦੇ ਹਾਂ। ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਸਪੋਕਸਮੈਨ ਆ ਅਤੇ ਜਿਹਨੂੰ ਕੁਛ ਲੋਕ ਕਹਿੰਦੇ ਆ ਕਿ ਅਗਲੀ ਵਾਰੀ ਹਰਿਆਣੇ ਦਾ ਮੁੱਖ ਮੰਤਰੀ ਬਣਨ ਵਾਸਤੇ ਤਿਆਰ ਕੀਤਾ ਜਾ ਰਿਹਾ, ਤਿਆਰ ਹੀ ਕਰੀ ਜਾਓ, ਬਣਦਾ ਬੁਣਦਾ ਤਾਂ ਜਾਪਦਾ ਨਹੀਂ ਜੀ। ਉਹਨੇ ਕਹਿ ਤਾ ਜੀ ਮੈਂ ਧਾਰਾ 370 ਜਿਹੜੀ ਆ ਉਹ ਖਤਮ ਕਰਨ ਨਾਲ ਸਹਿਮਤ ਹੈ। ਜਿਹੜਾ ਬੰਦਾ ਪਿਛਲੀ ਲੋਕ ਸਭਾ ਦੇ ਵਿੱਚ ਪਾਰਟੀ ਦਾ ਡਿਪਟੀ ਲੀਡਰ ਸੀ ਉਹ ਇਹਨਾਂ ਦੇ ਖਿਲਾਫ ਨਰਿੰਦਰ ਮੋਦੀ ਦੇ ਪੱਖ ਵਿੱਚ ਬੋਲ ਗਿਆ ਜੀ। ਜਿਹੜਾ ਬੰਦਾ ਮੁੰਬਈ ਦੇ ਵਿੱਚ ਕਾਂਗਰਸ ਪਾਰਟੀ ਅਤੇ ਦੇਸ਼ ਦੇ ਸਭ ਤੋਂ ਵੱਡੇ ਪੂੰਜੀਪਤੀ ਇਹਨਾਂ ਦੋਵਾਂ ਦੇ ਵਿਚਾਲੇ ਲਿੰਕ ਦੀ ਕੜੀ ਹੈ, ਤੀਸਰੀ ਪੀੜ੍ਹੀ ਦਾ ਲੀਡਰ ਆ ਜੀ, ਉਹਦਾ ਬਾਪ ਵੀ ਪਹਿਲਾਂ ਇੱਦਾਂ ਹੀ ਸੀ, ਉਹਨੇ ਕਹਿ ਤਾ ਜੀ ਮੈਂ ਵੀ ਪਾਰਟੀ ਨਾਲ ਸਹਿਮਤ ਨਹੀਂ, ਮੈਂ ਉੱਧਰ ਸਹਿਮਤ ਹਾਂ। ਰਾਹੁਲ ਗਾਂਧੀ ਇੱਧਰ ਸਹਿਮਤ ਹੈ ਜੀ, ਉੱਪਰੋਂ ਲੈ ਕੇ ਥੱਲੇ ਤੱਕ ਸਾਰੀ ਕਾਂਗਰਸ ਪਾਰਟੀ ਨਜ਼ਰ ਆਉਂਦੀ ਹੈ। ਕੁਛ ਲੋਕ 370 ਦੇ ਖਿਲਾਫ਼ ਨੇ, ਕੁਛ 370 ਦੇ ਪੱਖ ਵਿੱਚ ਨੇ, ਅਤੇ ਜੇ ਇਹੋ ਜਿਹੀ ਹਾਲਤ ਹੈ ਤਾਂ ਪਾਰਲੀਮੈਂਟ ਵਿੱਚ ਜਾਣ ਤੋਂ ਪਹਿਲਾਂ ਇਸ ਪਾਰਟੀ ਨੂੰ ਫੈਸਲਾ ਕਰਨਾ ਚਾਹੀਦਾ ਸੀ। ਜੇ ਉਲਝਣ ਸੀ, ਜੇ ਮਤਭੇਦ ਸਨ ਤਾਂ ਇੱਕ ਕੰਮ ਕਰ ਸਕਦੇ ਸੀ, ਇਹ ਕਹਿ ਦਿੰਦੇ ਕਿ ਅਸੀਂ ਦੋਵੇਂ ਪੱਖ ਰੱਖਾਂਗੇ, ਕੁਝ ਲੀਡਰ ਆਹ ਪੱਖ ਰੱਖਣਗੇ, ਕੁਝ ਆ ਰੱਖਣਗੇ, ਰੱਖ ਕੇ ਅਸੀਂ ਵਾਕਆਊਟ ਕਰਕੇ ਬਾਹਰ ਆ ਜਾਵਾਂਗੇ, ਅਸੀਂ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਾ ਜੀ। ਕੇਜਰੀਵਾਲ ਹੈ, ਉਹਦੇ ਬਾਰੇ ਮਸ਼ਹੂਰ ਹੈ ਕਿ ਜੇ ਉਹ ਸਵੇਰੇ ਉੱਠ ਕੇ ਨਰਿੰਦਰ ਮੋਦੀ ਦੇ ਖਿਲਾਫ਼ ਦੋ ਬਿਆਨ ਨਾ ਦੇਵੇ ਤਾਂ ਉਹਨੂੰ ਬੈਲਟੀ ਵੀ ਸਵਾਦ ਨਹੀਂ ਲੱਗਦੀ ਜੀ। ਉਹ ਨਿਤਨੇਮ ਵੀ ਆਪਣਾ ਇੱਥੋਂ ਸ਼ੁਰੂ ਕਰਦਾ ਮੋਦੀ ਦੇ ਖਿਲਾਫ਼ ਬੋਲਣ ਤੋਂ, ਪਰ ਜੋ ਧਾਰਾ 370 ਦਾ ਸਵਾਲ ਆਇਆ ਸਭ ਤੋਂ ਪਹਿਲਾਂ ਮੋਦੀ ਦੇ ਅਤੇ ਅਮਿਤ ਸ਼ਾਹ ਦੇ ਪੱਖ ਵਿੱਚ ਉਹ ਬੋਲਿਆ। ਉਹਦਾ ਕਾਰਨ ਕੀ ਹੈ ਜੀ? ਕਿ ਦੇਸ਼ ਦੀ ਬਹੁ ਗਿਣਤੀ ਕੀ ਸੋਚਦੀ ਪਈ ਆ, ਅਤੇ ਜੇ ਬਹੁ ਗਿਣਤੀ ਇਹ ਸੋਚਦੀ ਪਈ ਸੀ ਤਾਂ ਉਹਨੂੰ ਵੇਖਣਾ, ਵੋਟਾਂ ਨੂੰ ਵੇਖਣਾ, ਤਾਂ ਠੀਕ ਹੈ ਇਹ ਵੇਖ ਲੈਣ। ਗੁਲਾਮ ਨਬੀ ਆਜ਼ਾਦ ਨੂੰ ਆਪਣਾ ਕਸ਼ਮੀਰ ਘਾਟੀ ਦਾ ਜਿਹੜਾ ਵੋਟ ਬੈਂਕ ਆ ਉਹ ਦਿਸਦਾ ਹੋਊ ਜੀ, ਅਤੇ ਜੇ ਪਾਰਟੀ ਫੈਸਲਾ ਹੀ ਕੋਈ ਨਹੀਂ ਕਰ ਸਕਦੀ, ਤਿੱਤਰ ਨਾ ਬਟੇਰ, ਅਤੇ ਮੁਕਾਬਲਾ ਉਹਨਾਂ ਨਾਲ ਕਰਨਾ ਜਿਹੜੀ ਇੱਕ ਫੌਜ ਵਾਂਗੂ ਇੱਕੋ ਥਾਂ ਤੋਂ ਨਾਗਪੁਰ ਤੋਂ ਸੁਨੇਹਾ ਆਉਂਦਾ ਅਤੇ ਉਹਦੇ ਪਿੱਛੇ ਐਂ ਟੈਨਸ਼ਨ ਖਲੋ ਜਾਂਦੇ ਆ, ਇੱਦਾਂ ਤਾਂ ਗੱਲ ਨਹੀਂ ਬਣ ਸਕਣੀ ਜੀ। ਪਾਰਟੀ ਨੂੰ ਕੋਈ ਇੱਕ ਰਾਏ ਬਣਾਉਣੀ ਚਾਹੀਦੀ ਹੈ ਜਿਹੜੀ ਅੱਜ ਤੱਕ ਨਹੀਂ ਬਣਾ ਸਕੀ। ਚਲੋ ਹੁਣ ਅਜੇ ਕੱਲ੍ਹ ਉਹਨਾਂ ਨੇ ਆਪਣੇ ਪ੍ਰਧਾਨ 'ਤੇ ਵੀ ਰਾਏ ਬਣਾਉਣੀ, ਦੇਖੋ ਬਣਦੀ ਕਿ ਪਤਾ ਨਹੀਂ ਬਣਦੀ ਕਿ ਨਹੀਂ ਬਣਦੀ, ਨੇ ਲਾਟਰੀ ਕੱਢ ਲੈਣ ਕਿਹਦੀ ਨਿਕਲਦੀ ਹੈ ਜੀ। ਅੱਛਾ ਅਗਲੀ ਗੱਲ ਪੰਸਾ ਮੈਂ ਪੁੱਛਣੀ ਚਾਹੁੰਦਾ ਕਿ ਪਿਛਲੇ ਦਿਨ ਮੇਰਾ ਖਿਆਲ ਪਾਕਿਸਤਾਨ ਨੇ ਬਿਆਨ ਦਿੱਤਾ ਸੀ ਵੀ ਜਿਹੜੀ ਧਾਰਾ 370 ਵਾਲਾ ਰੌਲਾ ਭਾਰਤ ਨੇ ਪਾਇਆ ਜਿਹਦਾ ਕਰਕੇ ਤਾਲਿਬਾਨ ਅਤੇ ਅਮਰੀਕਾ ਦੀ ਗੱਲਬਾਤ 'ਤੇ ਅਸਰ ਪੈ ਸਕਦਾ, ਅਤੇ ਹੁਣ ਤਾਲਿਬਾਨ ਦੇ ਇੱਕ ਮੇਰਾ ਖਿਆਲ ਸਪੋਕਸਪਰਸਨ ਦਾ ਬਿਆਨ ਹੈ ਕਿ ਵੀ ਤੁਸੀਂ ਭਾਈ ਆਪਣਾ ਘਰ ਸਾਂਭੋ, ਤੁਹਾਡਾ ਮਸਲਾ ਭਾਰਤ ਦੇ ਨਾਲ, ਯਾਨੀ ਕਿ ਪਾਕਿਸਤਾਨ ਅਤੇ ਭਾਰਤ ਦਾ ਮਸਲਾ 370 ਵਾਲਾ ਅਸੀਂ ਆਪਣੇ ਆਪੇ ਨਿਬੇੜ ਲਾਂਗੇ, ਇਹਨੂੰ ਕਿਵੇਂ ਦੇਖੀਏ? 20 ਸਾਲ ਹੋ ਚੱਲੇ ਅਫਗਾਨਿਸਤਾਨ 'ਚ ਲੜਾਈ ਚੱਲਦੇ ਜੀ, ਅਮਰੀਕਾ ਦੀ ਅਤੇ ਉਹਦੇ ਨਾਟੋ ਵਾਲੇ ਧੜੇ ਦੀ ਫੌਜ ਉੱਥੇ ਬੈਠੀ ਆ, ਰੋਜ਼ ਬੰਦੇ ਮਰਦੇ, ਤਾਲਿਬਾਨ ਵੀ ਲੜ ਰਿਹਾ ਜੀ। ਜਦੋਂ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ,
ਅਮਰੀਕਾ ਆਪਣੀ ਫੌਜ ਕੱਢਣੀ ਚਾਹੁੰਦਾ ਕਿਉਂਕਿ ਤੀਜੇ ਕੁ ਦਿਨ ਮੁੰਡਿਆਂ ਦੇ ਖੱਫਣ ਜਦੋਂ ਉੱਥੋਂ ਜਾਂਦੇ ਨੇ ਬਕਸੇ ਜਾਂਦੇ ਨੇ ਲਾਸ਼ਾਂ ਵਾਲੇ ਜੀ, ਅਤੇ ਅਮਰੀਕੀ ਲੋਕਾਂ 'ਚ ਗੁੱਸਾ ਫੈਲਦਾ ਅਤੇ ਡੋਨਲਡ ਟਰੰਪ ਚਾਹੁੰਦਾ ਕਿ ਇਸ ਪੌੜੇ 'ਚੋਂ ਕਿਸ ਤਰੀਕੇ ਨਿਕਲੀਏ। ਬਰਾਕ ਓਬਾਮਾ ਵੀ ਚਾਹੁੰਦਾ ਸੀ ਪਰ ਗੱਲ ਨਹੀਂ ਸੀ ਬਣੀ। ਇੱਧਰ ਤਾਲਿਬਾਨ ਇਹ ਸਮਝਦੇ ਆ ਕਿ ਸਾਰੀ ਉਮਰ 'ਤੇ ਆਪਣੇ ਆਪ ਨੂੰ ਜੰਗਲਾਂ 'ਚ ਰੱਖ ਕੇ ਲੜਿਆ ਨਹੀਂ ਜਾ ਸਕਦਾ, ਕਿਸੇ ਤਰੀਕੇ ਕੋਈ ਸਮਝੌਤਾ ਹੁੰਦਾ ਤਾਂ ਕਰ ਲਈਏ। ਸਮਝੌਤਾ ਕਰਨ ਵਾਸਤੇ 3 ਸਾਲ ਪਹਿਲਾਂ ਅਮਰੀਕਾ ਨੇ ਯਤਨ ਛੋਏ, 3 ਮਹੀਨੇ 4 ਪਹਿਲਾਂ ਦੀ ਗੱਲ ਹੈ, ਬਰਾਕ ਓਬਾਮਾ ਦੇ ਹੁੰਦਿਆਂ ਛੋਲੇ ਸੀ। ਇਹਨਾਂ ਨੇ ਮੀਆਂ ਮੁੱਲਾ ਬਰਾਦਰ ਦੇ ਨਾਲ ਗੱਲ ਸ਼ੁਰੂ ਕੀਤੀ। ਮੁੱਲਾ ਬਰਾਦਰ ਵੱਡਾ ਲੀਡਰ ਸੀ, ਉਹ ਪਾਕਿਸਤਾਨ ਆਇਆ ਅਤੇ ਪਾਕਿਸਤਾਨ ਵਾਲਿਆਂ ਨੇ ਚੁੱਕ ਕੇ ਜੇਲ੍ਹ ਸੁੱਟਤਾ, ਬੜਾ ਵੱਡਾ ਲੀਡਰ ਫੜ ਲਿਆ ਜੀ। ਅਮਰੀਕਾ ਵਾਲਿਆਂ ਨੇ ਆਖਿਆ ਅਸੀਂ ਇਹਦਾਂ ਗੱਲ ਚਲਾਉਂਦੇ ਪਏ, ਕਹਿੰਦੇ ਸਾਨੂੰ ਦੱਸਿਆ। ਫਿਰ ਅਮਰੀਕਾ ਨੂੰ ਪਤਾ ਲੱਗਾ ਕਿ ਗੱਲ ਜੇ ਪਾਕਿਸਤਾਨ ਤੋਂ ਚੋਰੀ ਕੀਤੀ ਤਾਂ ਸਾਬੋਤਾਜ ਕਰੇਗਾ। ਉਹਨਾਂ ਨੇ ਆਖਿਆ ਜਿਹੜੇ ਤੁਹਾਡੇ ਕੋਲ ਤਾਲਿਬਾਨ ਹੈ ਭੇਜ ਦਿਓ, ਅਸੀਂ ਗੱਲ ਕਰ ਲੈਂਦੇ ਹਾਂ ਜੀ। ਅੱਜ ਜਿਹੜੇ ਤਾਲਿਬਾਨ ਇਸ ਵੇਲੇ ਕਤਰ ਦੀ ਰਾਜਧਾਨੀ ਦੋਹਾ 'ਚ ਬੈਠੇ ਅਮਰੀਕਾ ਨਾਲ ਗੱਲ ਕਰਦੇ ਆ, ਇਹ ਸਾਰੇ ਪਾਕਿਸਤਾਨ ਏਅਰਲਾਈਨਸ ਦੇ ਜਹਾਜ਼ਾਂ ਦੇ ਉੱਤੇ ਚੜ੍ਹ ਕੇ ਪਾਕਿਸਤਾਨ ਦੇ ਦਿੱਤੇ ਟਰੈਵਲ ਡਾਕੂਮੈਂਟਸ ਦੇ ਉੱਤੇ ਕਤਰ ਪਹੁੰਚੇ ਜੀ। ਗੱਲ ਚੱਲਦੀ ਪਈ ਹੈ, ਪਰ ਉਹ ਚਾਹੁੰਦੇ ਆ ਗੱਲ ਨਿਬੜ ਜੇ। ਉਹਨਾਂ ਨੂੰ ਵੀ ਪਤਾ ਪਾਕਿਸਤਾਨ ਨੇ ਨਿਬੜ ਨਹੀਂ ਦੇਣੀ, ਪਾਕਿਸਤਾਨ ਸਾਨੂੰ ਆਪਣੇ ਪਿਆਦੇ ਬਣਾ ਕੇ ਵਰਤਣਾ ਚਾਹੁੰਦਾ। ਹੁਣ ਜਦੋਂ ਇੱਥੇ ਜੰਮੂ ਕਸ਼ਮੀਰ ਦਾ ਮਸਲਾ ਉੱਠਿਆ ਤਾਂ ਸ਼ਾਹ ਮਹਿਮੂਦ ਕੁਰੈਸ਼ੀ, ਇਹ ਅਸਲ 'ਚ ਨਾ ਇਮਰਾਨ ਖਾਨ ਦਾ ਨਾ ਕਿਸੇ ਹੋਰ ਪਾਰਟੀ ਦਾ ਫੌਜ ਦਾ ਪਿਆਦਾ, ਉਹਨੇ ਬਿਆਨ ਦੇ ਦਿੱਤਾ ਜੇ ਕਸ਼ਮੀਰ 'ਚ ਹਾਲਾਤ ਵਿਗੜੇ ਤਾਂ ਇਹਦਾ ਅਮਰੀਕਾ ਦੀ ਅਤੇ ਤਾਲਿਬਾਨ ਦੀ ਗੱਲਬਾਤ 'ਤੇ ਅਸਰ ਪਵੇਗਾ ਜੀ। ਇਹਦਾ ਮਤਲਬ ਪਤਾ ਕੀ ਆ, ਅਸੀਂ ਤਾਂ ਉੱਥੇ ਜਾ ਕੇ ਦਖਲ ਦੇਣਾ ਕੋਈ ਨਹੀਂ, ਉਹਦਾ ਮਤਲਬ ਇਹ ਆ ਕਿ ਜਾਂ ਤਾਂ ਅਮਰੀਕਾ ਸਾਡੀ ਮਦਦ ਕਰੇ, ਨਹੀਂ ਤਾਂ ਜਿਵੇਂ ਅੱਗੇ ਮੁੱਲਾ ਬਰਾਦਰ ਨੂੰ ਫੜ ਕੇ ਅਤੇ ਅਸੀਂ ਗੱਲਬਾਤ ਸਾਬੋਤਾਜ ਕੀਤੀ ਸੀ ਜੀ ਜੀ, ਅਸੀਂ ਤਾਲਿਬਾਨ ਨੂੰ ਵਾਪਸ ਸੱਦ ਕੇ ਅਤੇ ਅਮਰੀਕਾ ਦੀ ਗੱਲਬਾਤ ਸਾਬੋਤਾਜ ਕਰ ਦਿਆਂਗੇ। ਇਹਨੇ ਤਾਂ ਬਿਆਨ ਦੇ ਦਿੱਤਾ ਜੀ, ਅਤੇ ਤਾਲਿਬਾਨ ਨੂੰ ਪਤਾ ਇਹ ਕੀ ਚਾਹੁੰਦੇ ਆ ਕਿ ਸਾਨੂੰ ਪਿਆਦੇ ਬਣਾ ਕੇ ਵਰਤਿਆ ਜਾਵੇ। ਉਹਨਾਂ ਦੇ ਸਪੋਕਸਪਰਸਨ ਨੇ ਅੱਗੋਂ ਇਹ ਬਿਆਨ ਦੇ ਦਿੱਤਾ ਕਿ ਕਸ਼ਮੀਰ ਦਾ ਮਸਲਾ ਭਾਰਤ ਦਾ ਅਤੇ ਪਾਕਿਸਤਾਨ ਦਾ ਦੁਵੱਲਾ ਮਸਲਾ। ਇਹ ਗੱਲ ਪਹਿਲੀ ਵਾਰੀ ਤਾਲਿਬਾਨ ਨੇ ਆਖੀ, ਉਹਨਾਂ ਆਖਿਆ ਉਹ ਦੁਵੱਲਾ ਮਸਲਾ ਸਾਡਾ ਨਹੀਂ, ਤੁਸੀਂ ਜਾਣੋ ਅਤੇ ਉਹ ਜਾਣ, ਉਸ ਕਸ਼ਮੀਰ ਦੇ ਮਸਲੇ ਤੁਸੀਂ ਜੋ ਮਰਜ਼ੀ ਕਰਦੇ ਰਹੋ, ਪਰ ਸਾਡੀ ਜਿਹੜੀ ਗੱਲਬਾਤ ਚੱਲਦੀ ਪਈ ਅਮਰੀਕਾ ਦੀ ਅਤੇ ਤਾਲਿਬਾਨ ਦੀ ਜੀ, ਇਸ ਗੱਲਬਾਤ 'ਚ ਤੁਸੀਂ ਕੋਈ ਦਖਲ ਨਹੀਂ ਦੇਣਾ, ਔਰ ਇਹ 'ਚ ਕਸ਼ਮੀਰ ਨੂੰ ਇਹਦੇ ਨਾਲ ਇਹਦਾ ਕੋਈ ਮੁਕਾਬਲਾ ਨਾ ਕਰੋ, ਤੁਲਨਾ ਨਾ ਕਰੋ। ਸਾਡਾ ਇੱਕ ਮੁਲਕ ਹੈ ਅਫਗਾਨਿਸਤਾਨ, ਜਿਹਦੇ ਉੱਤੇ ਅਜੇ ਤੱਕ ਅਮਰੀਕਾ ਦਾ ਰਾਜ ਹੈ ਅਤੇ ਅਮਰੀਕਾ ਨੇ ਆਪਣੀ ਮਰਜ਼ੀ ਦਾ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਾਇਆ ਸੀ। ਚੋਣਾਂ ਹੁੰਦੀਆਂ ਨੇ, ਚੋਣਾਂ ਦੇ ਵਿੱਚ 4 ਬੰਦੇ ਖਲੋਂਦੇ, 4 ਅਮਰੀਕਾ ਦੀ ਮਰਜ਼ੀ ਦੇ ਹੁੰਦੇ, ਦੂਜਾ ਕੋਈ ਖਲੋ ਨਹੀਂ ਸਕਦਾ ਜੀ। ਅਸੀਂ ਉੱਥੇ ਗੱਲਬਾਤ ਕਰਦੇ ਪਏ ਹਾਂ, ਸਾਡੀ ਤੈਅ ਬਹਿੰਦੀ ਕਿ ਨਹੀਂ ਬਹਿੰਦੀ, ਸੱਚੀ ਗੱਲ ਵੀ ਉਹਨਾਂ ਦੀ, ਜੇ ਅਫਗਾਨਿਸਤਾਨ ਦਾ ਮੁਕਾਬਲਾ ਕਰਨਾ ਤਾਂ ਇਰਾਕ ਨਾਲ ਕਰਨਾ ਚਾਹੀਦਾ ਜੀ, ਸੀਰੀਆ ਨਾਲ ਕਰਨਾ ਚਾਹੀਦਾ, ਜੰਮੂ ਕਸ਼ਮੀਰ ਨਾਲ ਨਹੀਂ ਕਰਨਾ ਚਾਹੀਦਾ, ਜਿਹੜਾ ਕਾਨੂੰਨੀ ਤੌਰ 'ਤੇ ਭਾਰਤ ਵਿੱਚ ਸ਼ਾਮਿਲ ਹੋਇਆ, ਜਿੱਥੇ ਭਾਰਤ ਦੇ ਪਾਰਲੀਮੈਂਟ ਇੱਕ ਮਤਾ ਪਾਸ ਕਰ ਚੁੱਕੀ ਹੈ, ਜਿੱਥੇ ਇੱਕ ਚੁਣੀ ਹੋਈ ਅਸੈਂਬਲੀ ਸੀ ਅਤੇ ਗਾਂਹ ਫਿਰ ਚੁਣਨੀ ਹੈ, ਇਸ ਕਸ਼ਮੀਰ ਦੇ ਮਸਲੇ ਨਾਲ ਉਹਨੂੰ ਨਿਸ ਜੋੜਨਾ ਚਾਹੀਦਾ। ਪਾਕਿਸਤਾਨ ਵਾਲਿਆਂ ਨੇ ਜੋੜਿਆ, ਗਲਤ ਕੀਤਾ ਅਤੇ ਹੱਥ ਧਵਾ ਕੇ ਬਹਿ ਗਏ ਨੇ ਜੀ। ਅੱਛਾ, ਪਿਛਲੇ ਦਿਨ ਹੀ ਮੇਰਾ ਖਿਆਲ ਪਾਕਿਸਤਾਨ ਦੇ ਵੀ ਬਿਆਨ ਸੀ ਨਾ ਜੀ, ਵੀ ਅਸੀਂ UN ਤੱਕ ਪਹੁੰਚ ਕਰਾਂਗੇ ਅਤੇ UN ਇਹਦੇ ਵਿੱਚ ਦਖਲ ਦਿਓ। ਮੇਰਾ ਖਿਆਲ ਹੁਣ UN ਮੁਖੀ ਜਿਹੜੇ ਨੇ ਐਂਟੋਨੀਓ ਗੁਟਰਸ, ਉਹਨਾਂ ਦਾ ਬਿਆਨ ਆਇਆ ਕਿ ਵੀ ਭਾਰਤ ਅਤੇ ਪਾਕਿਸਤਾਨ ਆਪਣੇ ਹਿਸਾਬ ਨਾਲ ਦੇਖ ਲੈਣ, ਅਸੀਂ ਮੇਰਾ ਖਿਆਲ ਸ਼ਿਮਲਾ ਸਮਝੌਤੇ ਦੇ ਉੱਪਰ ਹੀ ਖੜ੍ਹੇ ਹਾਂ, ਇਹਦੇ ਤੋਂ ਕੀ ਇਸ਼ਾਰਾ ਮਿਲਦਾ ਜੀ? ਫਿਰ ਸ਼ਿਮਲਾ ਸਮਝੌਤਾ ਕੀ ਕਹਿੰਦਾ ਕਿ ਭਾਰਤ ਅਤੇ ਪਾਕਿਸਤਾਨ ਨੇ ਇੱਕ ਸਮਝੌਤਾ ਕੀਤਾ, ਦੋਵੇਂ ਦੇਸ਼ਾਂ 'ਚੋਂ ਕੋਈ ਵੀ ਸਾਂਝਾ ਬਾਰਡਰ ਜਾਂ ਸਾਂਝੀ ਕੰਟਰੋਲ ਰੇਖਾ ਉਹਨੂੰ ਇੱਕ ਤਰਫਾ ਤੌਰ 'ਤੇ ਤੋੜਨ, ਮਰੋੜਨ ਜਾਂ ਬਦਲਣ ਦਾ ਯਤਨ ਨਹੀਂ ਕਰੂਗਾ। ਜੇ ਕਾਰਗਿਲ 'ਚ ਪਾਕਿਸਤਾਨ ਯਤਨ ਕਰ ਚੁੱਕਾ, ਇਹ ਸ਼ਿਮਲਾ ਸਮਝੌਤੇ ਦੀ ਉਲੰਘਣਾ ਕਰ ਚੁੱਕਾ ਜੀ, ਇਹਦੇ ਬਾਵਜੂਦ ਜੇ UN ਦੇ ਸੈਕਟਰੀ ਜਨਰਲ ਨੇ ਇਹ ਗੱਲ ਆਖੀ ਆ ਤਾਂ ਇਹਦਾ ਕੋਈ ਮਤਲਬ ਹੈ? ਦੂਜੀ ਗੱਲ ਕਿ UN ਦਾ ਸੈਕਟਰੀ ਜਨਰਲ ਇਕੱਲਾ ਨਹੀਂ ਕਹਿੰਦਾ, 192 ਦੇ ਕਰੀਬ ਦੇਸ਼ ਨੇ, ਉਹਨਾਂ ਵਿੱਚੋਂ ਇੱਕ ਵੀ ਦੇਸ਼ ਪਾਕਿਸਤਾਨ ਦੇ ਪੱਖ 'ਚ ਨਹੀਂ ਬੋਲਿਆ, ਅਤੇ ਜਿੰਨੇ ਬੋਲੇ ਆ ਉਹਨਾਂ ਸਾਰਿਆਂ ਨੇ ਆਖਿਆ ਜੀ ਮਸਲਾ ਦੁਵੱਲਾ, ਪਾਕਿਸਤਾਨ ਨੂੰ ਹੁਣ ਕੋਈ ਇਹੋ ਜਿਹੀ ਕੋਈ ਭੜਕਾਊ ਗੱਲ ਨਹੀਂ ਕਰਨੀ ਚਾਹੀਦੀ ਜੀ। ਇਹਨਾਂ ਸਾਰਿਆਂ ਤੋਂ ਵੱਡੀ ਗੱਲ, ਸਾਡੇ ਕੋਲ ਇੱਕ ਪੰਜਾਬੀ ਦਾ ਮੁਹਾਵਰਾ, ਜਿੱਧਰ ਗਿਆ ਬਾਣੀਆਂ ਉੱਧਰ ਗਿਆ ਬਾਜ਼ਾਰ। ਅੱਜ ਦੀ ਮਾਰਕੀਟ ਕਮੇਟੀ ਦਾ ਚੇਅਰਮੈਨ ਦੁਨੀਆ ਪੱਧਰ ਉੱਤੇ ਡੋਨਲਡ ਟਰੰਪ ਹੈ ਅਮਰੀਕਾ ਜੀ। ਜਦੋਂ ਡੋਨਲਡ ਟਰੰਪ ਨੇ ਇਹ ਕਹਿ ਤਾ ਕਿ ਪਾਕਿਸਤਾਨ ਵਾਲਿਆਂ ਨੂੰ ਮੈਂ ਕਹਿੰਦਾ ਬਦਲੇ ਬਦਲੇ ਦੇ ਨਾਂ 'ਤੇ ਕੋਈ ਕਾਰਵਾਈ ਨਾ ਕਰਿਓ, ਨਹੀਂ ਤਾਂ ਜੇ ਤੁਸੀਂ ਕੀਤੀ ਤਾਂ ਘਾਟੇਬੰਦੀ ਸਾਬਤ ਹੋਵੇਗੀ, ਇਹ ਤੁਹਾਡਾ ਦੋਵਾਂ ਦਾ ਦੁਵੱਲਾ ਮਸਲਾ, ਆਪਸ ਵਿੱਚ ਗੱਲਬਾਤ ਰਾਹੀਂ ਹੱਲ ਕਰੋ। ਜਦੋਂ ਉਹਨੇ ਕਹਿਤੀ ਤਾਂ ਫਿਰ ਜਿੰਨੇ ਦੇਸ਼ ਅਮਰੀਕਾ ਦੇ ਨਾਲ ਮਿਲ ਕੇ ਚੱਲਣ ਵਾਲੇ ਆ, ਇੱਕ ਜਾਂ ਦੂਜੇ ਕਾਰਨ ਕਰਕੇ ਬੱਝੇ ਹੋਏ ਨੇ ਜੀ, ਇਰਾਨ ਦਾ ਬਾਈਕਾਟ ਅਮਰੀਕਾ ਕਰੇ ਤਾਂ ਸਾਰੇ ਨਾਲ ਕਰ ਦਿੰਦੇ ਨੇ। ਇਸ ਵੇਲੇ ਦੁਨੀਆ ਭਰ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਤੌਰ 'ਤੇ ਜਿਹੜੀ ਗੱਲ ਡੋਨਲਡ ਟਰੰਪ ਨੇ ਕਹਿਤੀ, ਅਤੇ ਦੁਨੀਆ ਭਰ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਕਹਿੰਦੇ ਪਏ ਨੇ, ਐਨ ਉਹ ਗੱਲ ਆ ਜਿਹੜੀ ਦੁਨੀਆ ਦੀ ਸਾਂਝੀ ਪੰਚਾਇਤ, ਜਿਹੜੀ ਸਾਂਝੀ ਸੱਥ ਹੈ UN, ਉਹਦੇ ਮੁਖੀ ਸੈਕਟਰੀ ਜਨਰਲ ਜਿਹੜੇ ਆ ਉਹਨਾਂ ਨੇ ਪਹਿਲਾਂ ਉਹਨਾਂ ਨੇ ਆਪਣੇ ਸਪੋਕਸਪਰਸਨ ਤੋਂ ਬਿਆਨ ਦਵਾਇਆ ਸੀ ਜੀ,
ਫਿਰ ਉਹਨਾਂ ਸਿੱਧੇ ਤੌਰ 'ਤੇ ਆਪ ਕਹਿਤਾ ਕਿ ਦੁਆਲਾ ਮਸਲਾ, ਪਰ ਅਸੀਂ ਇਹ ਸਮਝਦੇ ਹਾਂ ਕਿ ਮਸਲਾ ਸ਼ਿਮਲਾ ਸਮਝੌਤੇ ਦੀ ਭਾਵਨਾ ਦੇ ਤਹਿਤ ਹੀ ਹੱਲ ਕੀਤਾ ਜਾ ਸਕਦਾ ਅਤੇ ਤੁਹਾਨੂੰ ਕਰਨਾ ਚਾਹੀਦਾ। ਹੁਣ ਜੋ ਸਾਰੇ ਪਾਸਿਆਂ ਤੋਂ ਇਹ ਜਵਾਬ ਮਿਲ ਗਿਆ ਤਾਂ ਪਾਕਿਸਤਾਨ ਦੇ ਪੱਲੇ ਕੀ ਰਹਿ ਗਿਆ? ਇਹੋ ਹੀ ਆ ਕਿ ਆਪਣੀ ਪਾਰਲੀਮੈਂਟ 'ਚ ਕੱਲ੍ਹ ਬਹੁਤ ਬੁਰੀ ਤਰ੍ਹਾਂ ਗਾਲੂ ਗਾਲੀ ਹੋਏ ਨੇ, ਫਿਰ ਹੋ ਲਓ, ਪਰ ਜੋ ਹੋਣਾ ਘਰ 'ਚ ਹੋ, ਹੁਣ ਬਾਕੀ ਥਾਵਾਂ 'ਤੇ ਭੱਜਣ ਦਾ ਕੋਈ ਫਾਇਦਾ ਨਹੀਂ। ਨਹੀਂ, ਵਿਦੇਸ਼ ਮੰਤਰੀ ਸਾਹਿਬ ਨੇ ਜਹਾਜ਼ ਫੜਿਆ ਜੀ, ਚਾਈਨਾ ਦਾ ਗਏ ਤਾਂ ਗਏ, ਉਹਨੇ ਝੂਠੇ ਉਪਚਾਰ ਲੈ ਲਏਗਾ। ਉਹ ਤਾਂ ਪਹਿਲਾਂ ਤੋਂ ਵੀ ਇੱਦਾਂ ਦਾ ਕੰਮ ਕਰਦਾ, ਉਹਨੂੰ ਇਹਦੇ ਨਾਲ ਨਹੀਂ ਪਾਕਿਸਤਾਨ ਦਾ ਕੀ ਬਣਦਾ, ਉਹਨੂੰ ਇਹ ਕਿ ਮੇਰਾ ਕੀ ਬਣਦਾ। ਚਲੋ ਮਨ ਸਾਹਿਬ, ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਦੇ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।